ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਸਾਲ 2021 ਵਿੱਚ ਸੰਗਰਾਂਦ, ਪੂਰਨਮਾਸ਼ੀ, ਮੱਸਿਆ, ਪੰਚਮੀ ਅਤੇ ਦਸਵੀਂ ਕਿਹੜੇ ਕਿਹੜੇ ਦਿਨ, ਕਿਹੜੇ ਕਿਹੜੇ ਮਹੀਨੇ ਨੂੰ ਮਨਾਈ ਜਾਵੇਗੀ। ਸੋ ਇਸ ਵੀਡੀਓ ਨੂੰ ਆਖਰੀ ਤੱਕ ਜ਼ਰੂਰ ਵਾਚ ਕਰੋ। ਸੋ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜਨਵਰੀ ਮਹੀਨੇ ਦੀ। ਜਨਵਰੀ ਮਹੀਨੇ ਨੂੰ ਸੰਗਰਾਂਦ 14 ਜਨਵਰੀ ਦਿਨ ਵੀਰਵਾਰ, ਪੂਰਨਮਾਸ਼ੀ 28 ਜਨਵਰੀ ਦਿਨ ਵੀਰਵਾਰ, ਮੱਸਿਆ 13 ਜਨਵਰੀ ਦਿਨ ਬੁੱਧਵਾਰ, ਪੰਚਮੀ 18 ਜਨਵਰੀ ਦਿਨ ਸੋਮਵਾਰ, ਦਸਵੀਂ 23 ਜਨਵਰੀ ਦਿਨ ਸ਼ਨੀਵਾਰ। ਹੁਣ ਅਸੀਂ ਫਰਵਰੀ ਮਹੀਨੇ ਦੀ ਸ਼ੁਰੂਆਤ ਕਰਦੇ ਹਾਂ। ਸੰਗਰਾਂਦ 12 ਫਰਵਰੀ ਦਿਨ ਸ਼ੁੱਕਰਵਾਰ, ਪੂਰਨਮਾਸ਼ੀ 27 ਫਰਵਰੀ ਦਿਨ ਸ਼ਨੀਵਾਰ, ਮੱਸਿਆ 11 ਫਰਵਰੀ ਦਿਨ ਵੀਰਵਾਰ, ਪੰਚਮੀ 16 ਫਰਵਰੀ ਦਿਨ ਮੰਗਲਵਾਰ, ਦਸਵੀਂ 22 ਫਰਵਰੀ ਦਿਨ ਸੋਮਵਾਰ। ਪਿਆਰਿਓ, ਹੁਣ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਮਾਰਚ ਮਹੀਨੇ ਦੀ। ਮਾਰਚ ਮਹੀਨੇ ਨੂੰ ਸੰਗਰਾਂਦ 14 ਮਾਰਚ ਦਿਨ ਐਤਵਾਰ, ਪੂਰਨਮਾਸ਼ੀ 28 ਮਾਰਚ ਦਿਨ ਐਤਵਾਰ, ਮੱਸਿਆ 13 ਮਾਰਚ ਦਿਨ ਸ਼ਨੀਵਾਰ, ਪੰਚਮੀ 18 ਮਾਰਚ ਦਿਨ ਵੀਰਵਾਰ, ਦਸਵੀਂ 24 ਮਾਰਚ ਦਿਨ ਬੁੱਧਵਾਰ। ਅਪ੍ਰੈਲ, ਅਪ੍ਰੈਲ ਮਹੀਨੇ ਦੇ ਵਿੱਚ ਸੰਗਰਾਂਦ 13 ਅਪ੍ਰੈਲ ਦਿਨ ਮੰਗਲਵਾਰ, ਪੂਰਨਮਾਸ਼ੀ 27 ਅਪ੍ਰੈਲ ਦਿਨ ਮੰਗਲਵਾਰ, ਮੱਸਿਆ 11 ਮਈ ਦਿਨ ਮੰਗਲਵਾਰ, ਪੰਚਮੀ 17 ਮਈ ਦਿਨ ਸੋਮਵਾਰ, ਦਸਵੀਂ 22 ਮਈ ਦਿਨ ਸ਼ਨੀਵਾਰ। ਸੰਗਰਾਂਦ 15 ਜੂਨ ਦਿਨ ਮੰਗਲਵਾਰ, ਪੂਰਨਮਾਸ਼ੀ 24 ਜੂਨ ਦਿਨ ਵੀਰਵਾਰ, ਮੱਸਿਆ 10 ਜੂਨ ਦਿਨ ਵੀਰਵਾਰ, ਪੰਚਮੀ 15 ਜੂਨ ਦਿਨ ਮੰਗਲਵਾਰ, ਦਸਵੀਂ 20 ਜੂਨ ਦਿਨ ਐਤਵਾਰ। ਸੰਗਰਾਂਦ ਦੀ ਗੱਲ ਕਰਦੇ ਹਾਂ ਜੀ ਅਸੀਂ ਹੁਣ ਜੁਲਾਈ ਮਹੀਨੇ ਦੀ। ਸੰਗਰਾਂਦ 16 ਜੁਲਾਈ ਦਿਨ ਸ਼ੁੱਕਰਵਾਰ, ਪੂਰਨਮਾਸੀ 24 ਜੁਲਾਈ ਦਿਨ ਸ਼ਨੀਵਾਰ, ਮੱਸਿਆ 9 ਜੁਲਾਈ, 10 ਜੁਲਾਈ ਸ਼ੁੱਕਰਵਾਰ ਔਰ ਦਿਨ ਸ਼ਨੀਵਾਰ, ਪੰਚਮੀ 15 ਜੁਲਾਈ ਦਿਨ ਵੀਰਵਾਰ, ਦਸਵੀਂ 19 ਜੁਲਾਈ ਦਿਨ ਸੋਮਵਾਰ। ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹੈਗੇ ਹਾਂ ਅਗਸਤ ਮਹੀਨੇ ਨੂੰ। ਅਗਸਤ ਮਹੀਨੇ ਨੂੰ ਸੰਗਰਾਂਦ 16 ਅਗਸਤ, ਪੂਰਨਮਾਸੀ 22 ਅਗਸਤ, ਮੱਸਿਆ 8 ਅਗਸਤ ਦਿਨ ਐਤਵਾਰ, ਪੰਚਮੀ 13 ਅਗਸਤ ਦਿਨ ਸ਼ੁੱਕਰਵਾਰ, ਦਸਵੀਂ 17 ਅਗਸਤ ਦਿਨ ਮੰਗਲਵਾਰ। ਹੁਣ ਅਸੀਂ ਸਾਧ ਸੰਗਤ ਜੀ ਸਤੰਬਰ ਮਹੀਨੇ ਦੀ ਗੱਲ ਕਰਦੇ ਹਾਂ, ਦੇਸੀ ਮਹੀਨੇ ਅੱਸੂ ਦੀ। ਸੰਗਰਾਂਦ 16 ਸਤੰਬਰ ਦਿਨ ਵੀਰਵਾਰ, ਪੂਰਨਮਾਸੀ 20 ਸਤੰਬਰ ਦਿਨ ਸੋਮਵਾਰ, ਮੱਸਿਆ 7 ਸਤੰਬਰ ਦਿਨ ਮੰਗਲਵਾਰ, ਪੰਚਮੀ 11 ਸਤੰਬਰ ਦਿਨ ਸ਼ਨੀਵਾਰ, ਦਸਵੀਂ 16 ਸਤੰਬਰ ਦਿਨ ਵੀਰਵਾਰ। ਹੁਣ ਅਸੀਂ ਅਕਤੂਬਰ ਮਹੀਨੇ ਦੀ ਅਤੇ ਦੇਸੀ ਮਹੀਨੇ ਦੀ ਕੱਤਕ ਦੀ। ਸੰਗਰਾਂਦ
17 ਅਕਤੂਬਰ ਦਿਨ ਐਤਵਾਰ, ਪੂਰਨਮਾਸ਼ੀ 20 ਅਕਤੂਬਰ ਦਿਨ ਬੁੱਧਵਾਰ, ਮੱਸਿਆ 6 ਅਕਤੂਬਰ ਦਿਨ ਬੁੱਧਵਾਰ, ਪੰਚਮੀ 10 ਅਕਤੂਬਰ ਦਿਨ ਐਤਵਾਰ, ਦਸਵੀਂ 15 ਅਕਤੂਬਰ ਦਿਨ ਸ਼ੁੱਕਰਵਾਰ। ਹੁਣ ਅਸੀਂ ਸਾਧ ਸੰਗਤ ਜੀ ਨਵੰਬਰ ਮਹੀਨੇ ਦੀ ਗੱਲ ਕਰਦੇ ਹਾਂ। ਸੰਗਰਾਂਦ 16 ਨਵੰਬਰ ਦਿਨ ਮੰਗਲਵਾਰ, ਪੂਰਨਮਾਸ਼ੀ 19 ਨਵੰਬਰ ਦਿਨ ਸ਼ੁੱਕਰਵਾਰ, ਮੱਸਿਆ 4 ਨਵੰਬਰ ਦਿਨ ਵੀਰਵਾਰ, ਪੰਚਮੀ 9 ਨਵੰਬਰ ਦਿਨ ਮੰਗਲਵਾਰ, ਦਸਵੀਂ 13 ਨਵੰਬਰ ਦਿਨ ਸ਼ਨੀਵਾਰ। ਹੁਣ ਅਸੀਂ ਗੱਲ ਕਰਨ ਜਾ ਰਹੇ ਜੀ ਦਸੰਬਰ ਮਹੀਨੇ ਦੀ। 15 ਦਸੰਬਰ ਦਿਨ ਬੁੱਧਵਾਰ ਸੰਗਰਾਂਦ, ਪੂਰਨਮਾਸ਼ੀ 19 ਦਸੰਬਰ ਦਿਨ ਐਤਵਾਰ, ਮੱਸਿਆ 4 ਦਸੰਬਰ ਦਿਨ ਸ਼ਨੀਵਾਰ, ਪੰਚਮੀ 8 ਦਸੰਬਰ ਦਿਨ ਬੁੱਧਵਾਰ, ਦਸਵੀਂ 13 ਦਸੰਬਰ ਦਿਨ ਸੋਮਵਾਰ। ਸਾਧ ਸੰਗਤ ਜੀ, ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈ ਸਾਲ 2021 ਨੂੰ ਸੰਗਰਾਂਦ, ਪੂਰਨਮਾਸੀ, ਮੱਸਿਆ, ਪੰਚਮੀ, ਦਸਵੀਂ, ਦੇਸੀ ਮਹੀਨਿਆਂ ਦੇ ਨਾਮ ਦੇ ਨਾਲ ਅਤੇ ਅੰਗਰੇਜ਼ੀ ਮਹੀਨਿਆਂ ਦੇ ਨਾਮ ਦੇ ਨਾਲ ਤੁਹਾਨੂੰ ਅਸੀਂ ਦੱਸ ਦਿੱਤੀ ਹੈ। ਹੋਰ ਤੁਸੀਂ ਸਾਡੇ ਚੈਨਲ 'ਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਆ ਉਹ ਦੇਖ ਸਕਦੇ ਹੋ। ਉਹਨਾਂ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ, ਅਤੇ ਸਾਡਾ ਇੱਕ ਚੈਨਲ ਜੋ ਕਿ ਅਸੀਂ ਬਹੁਤ ਹੀ ਛੇਤੀ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਹਾਂ, ਉਹਦਾ ਲਿੰਕ ਜਿਹੜਾ ਆ ਸਾਡੇ ਚੈਨਲ ਦਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਐਡ ਕਰ ਦੇਵਾਂਗੇ। ਜਦੋਂ ਹੀ ਉਸ ਚੈਨਲ ਦਾ ਅਸੀਂ ਨਾਮ ਸੋਚ ਰਹੇ ਹਾਂ, ਜਦੋਂ ਹੀ ਅਸੀਂ ਉਸ ਚੈਨਲ ਦਾ ਚੈਨਲ ਦੀ ਅਸੀਂ ਪੋਸਟ ਪਾਈ ਹੋਈ ਹੈ ਕਿ ਕਿਹੜਾ ਚੈਨਲ ਦਾ ਨਾਮ ਜਿਹੜਾ ਆ ਅਸੀਂ ਰੱਖੀਏ। ਸੋ ਤੁਸੀਂ ਸਾਡੀ ਪੂਰੀ ਸਪੋਰਟ ਕਰੋ। ਅਸੀਂ ਉਹਦੇ ਵਿੱਚ ਬਹੁਤ ਸਾਰੀਆਂ ਵਧੀਆ ਵਧੀਆ ਜਿਹੜੀਆਂ ਕਥਾਵਾਂ ਨੇ, ਕਹਾਣੀਆਂ ਨੇ, ਵਿਆਖਿਆ ਨੇ, ਕਿਉਂਕਿ ਉਹ ਜਾਣਕਾਰੀਆਂ ਤੁਹਾਨੂੰ ਅਸੀਂ ਦੇਵਾਂਗੇ ਜੋ ਤੁਸੀਂ ਪਹਿਲਾਂ ਯੂਟਿਊਬ 'ਤੇ ਕਦੀ ਨਾ ਦੇਖੀਆਂ ਹੋਣਗੀਆਂ। ਸੋ ਉਸ ਚੈਨਲ ਨੂੰ ਸਾਡੇ ਨੂੰ ਤੁਸੀਂ ਯੂਟਿਊਬ 'ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਉਹਦਾ ਜਦੋਂ ਹੀ ਅਸੀਂ ਉਹ ਚੈਨਲ ਨੂੰ ਬਣਾ ਲੈਂਦੇ ਹਾਂ, ਸਾਡੀ ਟੀਮ ਜਿਹੜੀ ਉਹ ਚੈਨਲ ਨੂੰ ਵੀਡੀਓ ਵਿੱਚ ਪਾਉਣ ਵਿੱਚ ਲੱਗੀ ਹੋਈ ਹੈ, ਜਦੋਂ ਹੀ ਅਸੀਂ ਪੂਰੀਆਂ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕਰ ਦੇਵਾਂਗੇ, ਉਹ ਫਿਰ ਹੀ ਅਸੀਂ ਜਿਹੜੀਆਂ ਉਹ ਵੀਡੀਓ ਪਬਲਿਕ ਕਰਾਂਗੇ। ਸੋ ਸਾਡੀ ਟੀਮ ਜਿਹੜੀ ਉਹ ਵੀਡੀਓ ਅਪਲੋਡ ਕਰ ਰਹੀ ਹੈ, ਬੜੀ ਮਿਹਨਤ ਦੇ ਨਾਲ ਬਣਾ ਰਹੀ ਹੈ। ਜਦੋਂ ਹੀ ਉਹ ਵੀਡੀਓ ਅਸੀਂ ਪੂਰੀਆਂ 100% ਸਕਸੈਸਫੁੱਲ ਕਰ ਦੇਵਾਂਗੇ, ਉਹਨਾਂ ਦੇ ਲਿੰਕ ਜਿਹੜੇ ਆ ਤੁਹਾਨੂੰ ਇਹੀ ਵੀਡੀਓ ਦੇ ਵਿੱਚ ਮਿਲ ਜਾਣਗੇ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਵੀਡੀਓ ਜਿਹੜੇ ਆ 10 ਤੋਂ 15 ਦਿਨਾਂ ਦੇ ਵਿੱਚ ਮਿਲ ਜਾਣਗੇ। ਅਸੀਂ ਇਹ ਵੀਡੀਓ ਜੋ ਬਣਾ ਰਹੇ ਹਾਂ ਜੀ, ਇਹ ਵੀਡੀਓ ਅਸੀਂ ਬਣਾ ਰਹੇ ਹੈਗੇ ਹਾਂ 8 ਜਨਵਰੀ 2021 ਨੂੰ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਜੋ ਵੀ ਅਸੀਂ ਗੁਰਬਾਣੀ ਕਥਾ ਵਾਚਕ ਦਾ ਉਹ ਵੀ ਅਸੀਂ ਚੈਨਲ ਜਾਂ ਲਾਈਵ ਕੀਰਤਨ ਸਮਾਗਮ ਦਾ ਜਿਹੜਾ ਚੈਨਲ ਅਸੀਂ ਬਣਾਉਣ ਜਾ ਰਹੇ ਹਾਂ, ਉਸ ਚੈਨਲ ਨੂੰ ਵੀ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਨਾ, ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਸੋ ਅੱਜ ਦੇ ਵੀਡੀਓ ਵਿੱਚ ਇੰਨਾ ਹੀ। ਸਾਧ ਸੰਗਤ ਜੀ, ਮਿਲਾਂਗੇ ਹੋਰ ਇੱਕ ਨਵੀਂ ਵੀਡੀਓ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।